ਰੱਖਿਆ ਅਸਾਂ ਗਾਜ਼ੀ ਨੂੰ ਹਮਲਾ ਨਹੀਂ ਕਰਨ ਦੇਣਾ ਅਸਾਂ ਅਬਾਸ ਨੂੰ ਲੜਨ ਨਹੀਂ ਦੇਣਾ ਇਮਾਮ ਹੁਸੈਨ ਦੇ ਚਿਹਰੇ ਤੇ ਜਲਾਲ ਆਇਆ ਜਿਹੜਾ ਗਾਜ਼ੀ ਨੂੰ ਵੇਖ ਕੇ ਜਵਾਬ ਦਿੱਤੇ ਸਾਡੀ ਸ਼ਬੀਰ ਉਹ ਸੁਣਿਆ ਖਦਮਤ ਹੱਥ ਰੱਖਿਆ ਦਿਲ ਬਾਦਸ਼ਾਹ ਫੌਜ ਵੱਡੀ ਹੈ ਮੈਦਾਨ ਵੱਡੇ ਜੰਗ ਵੱਡੀ ਹੈ ਤੁਸੀਂ ਹਮਲਾ ਕਰਵਾ ਤੁਸੀਂ ਗਾਜ਼ੀ ਨੂੰ ਕਿਉਂ ਭੇਜੀਏ ਤੁਸੀਂ ਆਪ ਜਾਵਾ ਤੁਸੀਂ ਗਾਜ਼ੀ ਨੂੰ ਕਿਉਂ ਭੇਜੀਏ ਅਲੀ ਸਰਦਾਰ ਦੇ ਚਿਹਰੇ ਤੇ ਮੁਸਕਰਾਹਟ ਆਈ ਪਰ ਮੈਂ ਨਿਰਮਾਲੇ ਖਬਰਾਂ ਨਹੀਂ ਜਿਹਨੂੰ ਮੰਗਿਆ ਪਾਕ ਬਤੂਲੇ ਮੇਰਾ ਗਾਜ਼ੀ ਹੱਥ ਮਾਤਮੀ ਦਾ ਕਿਸੇ ਦਾ ਮੁਹਤਾਜ ਨਾ ਹੋਵੇ ਉਹ ਸਕੇ ਕਿਵੇਂ ਹਮਲਾ ਕਰਦਾ ਅੱਬਾਸ ਉਹ ਸ਼ਾਹਕਾਰ ਹਰ ਇੱਕ ਦੀ ਗਰਦਨ ਉੱਠੀ ਇੱਕ ਵਾਰੀ ਹਲਕੇ ਦੇ ਮਾਤਮੀ ਦਾ ਹੱਥ ਚੜਿਆ ਇਹ ਸਾਰੇ ਬਾਦਸ਼ਾਹ ਦੇ ਮਾਤਮੀ ਹੋ ਹੱਥ ਮੈਂ ਤੁਹਾਡੇ ਇਸ ਤੋਂ ਬੁਲੰਦ ਕਰਾਏ ਬਈ ਅਗਲੀ ਸੱਤਰ ਦੇ ਨਾਂ ਵੀ ਬੋਲੋ ਗਰਮੀ ਹੈ ਚਲੋ ਹੱਥ ਹੀ ਉੱਠ ਰਿਹਾ ਹੁੰਦਾ ਮੇਰੇ ਹੱਥੀ ਦੁਆ ਹੈ ਇੱਕ ਸੱਤਰ ਦੀ ਇੱਕ ਸੱਤਰ ਦੀ ਤਾਈਦ ਕਰੋ ਉਹਦੇ ਬਾਅਦ ਮੈਂ ਮੁਰਸ਼ਦ ਸੱਤਰ ਪੜਦਾ ਕਿ ਜਦੋਂ ਗਾਜ਼ੀ ਅੱਬਾਸ ਸਫੀਨ ਦੇ ਮੈਦਾਨ ਵਿੱਚ ਪਹਿਲਾ ਹਮਲਾ ਕੀਤਾ ਅਲਮਾਲੇ ਦੇ ਹਮਲੇ ਨੂੰ ਵੇਖ ਕੇ ਉੱਥੇ ਕਿਸੇ ਬੰਦੇ ਨੇ ਨਹੀਂ ਆਖਿਆ ਜੋ ਅੱਬਾਸ ਲੜਦਾ ਪਿਆ ਬੰਦੇ ਸ਼ਰਾਬ ਪਰੇਸ਼ਾਨ ਹੋ ਗਏ ਮੈਂ ਸੱਤਰ ਫਿਰ ਆਖਣ ਲੱਗਾ ਜਦੋਂ ਗਾਜ਼ੀ ਅੱਬਾਸ ਜਾਗਿਆ ਭਾਈ ਸਫੀਨ ਦੇ ਮੈਦਾਨ ਵਿੱਚ ਹਮਲਾ ਕੀਤਾ ਉੱਥੇ ਕਿਸੇ ਬੰਦੇ ਨੇ ਆਖਿਆ ਜੀ ਅੱਬਾਸ ਲੜਦਾ ਪਿਆ ਉਹਨਾਂ ਆਵਾਜ਼ ਦਿੱਤੀ ਉਹਨਾਂ ਆਖਿਆ ਭੱਜੂ ਅਲੀਏ ਉਹਨਾਂ ਆਖਿਆ ਨੱਸੋ ਅਲੀਏ ਉਹਨਾਂ ਆਖਿਆ ਭੱਜੂ ਅਲੀਏ ਭੱਜਦੇ ਪਏ ਬੰਦੇ ਨੂੰ ਗਾਜ਼ੀ ਸੱਟ ਮਾਰ ਕੇ ਆਦੇ ਨਾ ਜੀ ਭੱਜਣ ਨਾ ਦੇ ਸਾ ਤਾਕੂ ਨਾ ਹੋਣ ਦੇ ਸਾ ਫਰਵਾ ਹੱਥ ਉੱਠਣਾ ਚਾਹੀਦਾ ਜਿਹੜਾ ਹੱਥ ਮਾਰਨ ਵਾਸਤੇ ਹਲਕੇ 'ਚ ਬੁਲੰਦ ਹੋ ਕਿਉਂ ਵੱਡਾ ਸਦਕਾ ਮੈਂ ਨੌਕਰ ਸਹੀ ਜੁਰਤ ਨਾਲ ਬੋਲੋ ਹੈ ਗਰੀ ਅੱਛਾ ਦੁਨੀਆ ਦਾ ਕਾਨੂੰਨ ਹੈ ਇੱਥੇ ਲੜਾਈ ਹੋ ਜਾਵੇ ਨਾ ਅੱਲਾ ਨਾ ਕਰੇ ਕਿਸੇ ਪਿੰਡ ਕਿਸੇ ਚੌਕ ਕਿਸੇ ਗਲੀ ਚ ਉੱਥੇ ਫਿਰ ਲੜਾਈ ਦਾ ਮਾਹੌਲ ਹੀ ਨਹੀਂ ਬਣਦਾ ਜਿਹੜੇ ਬੰਦੇ ਭੱਜਦੇ ਨਾ ਉਹ ਥੋੜੇ ਹੋਣ ਤੇ ਜਿਹੜੇ ਬੰਦੇ ਭਜਾਉਂਦੇ ਨਾ ਉਹ ਚੌਖੇ ਹੋਣ ਤੇ ਸਫੀਨ ਦੇ ਮੈਦਾਨ ਵਿੱਚ ਜਿਹੜੇ ਭੱਜਦੇ ਪੈਣ ਉਹ ਢੇਰ ਆਏ ਤੇ ਜਿਹੜਾ ਭਜਾਣ ਵਾਲਾ ਹੀ ਨਾ ਹੋਏ ਕਲੀ ਦਾ ਪੁੱਤਰ ਆਈ ਬੋਲੋ ਹੈਦਰੀ ਬੜਾ ਸੋਹਣਾ ਚੱਲਦਾ ਪਿਆ ਉਹ ਇੱਕ ਬੰਦੇ ਨੂੰ ਖਿਆਲ ਆ ਉਹ ਸੱਚ ਹੈ ਬਈ ਅਸੀਂ ਇਤਨੇ ਬੰਦੇ ਹੋ ਕੇ ਵੱਜਦੇ ਪਏ ਰੁਕ ਜਾਓ ਮੈਂ ਗੱਲ ਕਰਦਾ
سبحان اللہ.